ਤੂੰ ਨੂੰ ਪਾਵੇ ਜਿਹਦੇ ਬਾਰੇ ਕੁੱਕਾ ਸ਼ਹਿਰ ਕਹਿੰਦਾ ਮਸੱਲਾ ਵੇਚ ਔਰ ਖੰਜਰ ਖਰੀਦ ਬਾਬੇ ਅਮਲ ਜ਼ਾਹਿਦ ਤੇ ਟਕਰਾਨੇ ਕੋ ਹੱਦ ਤੇਰੀ ਫਕੀਰੀ ਦੇ ਚੈਨ ਛਾਈ ਪਰ ਸਨ 1675 ਈਸਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਗੱਦੀ ਤੇ ਬੈਠੇ ਲਗਭਗ 500 ਸਾਲਾਂ ਤੋਂ ਚੱਲਦਾ ਆ ਰਿਹਾ ਹੈ ਮਿਸ਼ਨ ਆਜ਼ਾਦੀ ਸਿੱਖ ਧਰਮ ਸਟੈਪ ਬਾਈ ਸਟੈਪ ਆਪਣੀ ਫਾਈਨਲ ਮੰਜ਼ਿਲ ਤੇ ਪਹੁੰਚ ਗਿਆ ਹਜ਼ਾਰੋਂ ਸਾਲ ਨਰਗਸ ਆਪਣੀ ਬੇਨੂਰੀ ਪਰੋਤੀ ਹੈ ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ ਨਿਸ਼ਾਨ ਯਹੀ ਹੈ ਜ਼ਮਾਨੇ ਮੇਂ ਜ਼ਿੰਦਾ ਕਰਮੋਂ ਕਾ ਕਿ ਸੁਬਹ ਸ਼ਾਮ ਬਦਲਤੀ ਹੈ ਉਨਕੀ ਤਕਦੀਰੇ ਮੈਂ ਬਚੀਆਂ ਮੈਂ ਇੱਕ ਵਾਰੀ ਕੜਿਆ ਕੜਿਆ ਕਰਕੇ ਆ ਧੋਖਿਆ ਤੇ ਧੋਤਾ ਤਾਂ ਸਿੱਖਾਂ ਦੇ ਘੋੜਿਆਂ ਦੀਆਂ ਟਾਪਾਂ ਨਾਲ ਸਵਾਲਕ ਦੀਆਂ ਪਹਾੜੀਆਂ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹਾ ਜਾਨੀ ਉਹ ਸਦੀਆਂ ਤੋਂ ਲਤਾੜੇ ਹੋਏ ਦੱਬੇ ਕੁਚਲੇ ਲੋਕਾਂ ਨੂੰ ਖਾਲਸਾ ਸਜਾਉਣ ਲਈ 30 ਮਾਰਚ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉਹ ਕੇਸਗੜ੍ਹ ਦੇ ਖੁੱਲ੍ਹੇ ਮੈਦਾਨਾਂ ਵਿੱਚ ਆਲ ਓਵਰ ਦਾ ਇੰਡੀਆ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਭਰਿਆ ਇਕੱਠ ਨੂੰ ਸੰਬੋਧਨ ਹੁੰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਕਰਕੇ ਖਿੱਚੀ ਮਿਆਂ ਚੋਂ ਤਲਵਾਰ ਅਤੇ ਉਸ ਭਰਿਆ ਇਕੱਠ ਨੂੰ ਸੰਬੋਧਨ ਹੋ ਕੇ ਨਲਕਾਰ ਕੇ ਅਤੇ ਵੰਗਾਰ ਕੇ ਆਖਣ ਲੱਗੇ ਕਿ ਆਓ ਰਿਹਾ ਥਾਂ ਥਾਂ ਗਰਦਨ ਨੂੰ ਝੁਕਾਵਣ ਵਾਲਿਆ ਅੱਜ ਮੈਂ ਤੇਰੀ ਅਣਖ ਨੂੰ ਮਗਰੂਰ ਹੁੰਦਾ ਦੇਖਣਾ ਪਾ ਕੇ ਤੇਰੇ ਨਿਰਬਲ ਡੌਲਿਆਂ ਵਿੱਚ ਓਏ ਹਿੰਮਤ ਦੀ ਕਣੀ ਮੈਂ ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਦੇਖਣਾ ਬਾਲ ਕੇ ਜੋਤੀ ਹਨੇਰੇ ਵਿੱਚ ਦਇਆ ਤੇ ਧਰਮ ਦੀ ਮੈਂ ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਦੇਖਣਾ ਕਰਕੇ ਭਸਮ ਅੱਜ ਤੇਰੀ ਕਾਇਰਤਾ ਨੂੰ ਤੇਰੀ ਮੁਹੱਬਤਾਂ ਨੂੰ ਸੱਜਣਾ ਮੈਂ ਤੇਰੇ ਪੈਰਾਂ ਵਿੱਚ ਪਰਬਤ ਚੂਰੋ ਚੂਰ ਹੁੰਦਾ ਦੇਖਣਾ ਓਏ ਆ ਸੱਜਣਾ ਚੱਕ ਦੇਵੇਗਾ ਜੇਕਰ ਆਪਣੀ ਧੌਣ ਤੋਂ ਮੇਰੀ ਤੇਗ ਤੇ ਮੈਨੂੰ ਤੇਗ ਦੀ ਥੋ ਸਾਹਿਬਾਂ ਦਾ ਮੁਖਾਰਵਿੰਦ ਬਣ ਜਾਏਗਾ ਤੂੰ ਓਏ ਚਾਹੇ ਚੌਣ ਤੈਨੂੰ ਕਿਸੇ ਮਨਸੂਰ ਦੀ ਸੂਲੀ ਤੇ ਚੜ੍ਹ ਕੇ ਵੀ ਮੇਰੀ ਦਾਤ ਤੇ ਸਰਦਾਰ ਬਣ ਜਾਵੇਗਾ ਤੂੰ ਭਾਈ ਉਸ ਵੇਲੇ ਦੇ ਦ੍ਰਿਸ਼ ਦਾ ਵਰਣਨ ਦਾਸ ਇੰਦਰਜੀਤ ਸਿੰਘ ਵੱਲੋਂ ਵਾਲੀਏ ਦੇ ਸਾਥੀ ਇਉਂ ਪੇਸ਼ ਕਰਦੇ ਹਨ ਜਲੰਧਰ ਮੂਲ ਨਿਵਾਸੀ ਸਮਾਜ ਵੱਲੋਂ ਚੇਤਨਾ ਮਾਰਚ ਦਾ ਸਵਾਗਤ ਕੀਤਾ ਗਿਆ ਤੇ ਨੌਜਵਾਨ ਮੁੰਡੇ ਜਿਹਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਜਲੰਧਰ ਮੂਲ ਨਿਵਾਸੀ ਸਮਾਜ।
ਬਾਰੇ ਕੁਰਦੂ ਦਾ ਸ਼ਹਿਰ ਕਹਿੰਦਾ ਮਸਾਲਾ ਵੇਚ ਔਰ ਖੰਜਰ ਖਰੀਦ।